Yeah.
हम तुम्हारा देश प्यार विच भिज के अंदरों आखो सतनाम महाराज जी का आगमन दिहाड़ा लंघे एक अरदास करे इस जन्म दे विच ਇਸੇ ਜਨਮ ਦੇ ਵਿੱਚ ਸਾਡੀਆਂ ਅੱਖਾਂ ਗੁਰੂ ਨਾਨਕ ਮਹਾਰਾਜ ਨੂੰ ਪਛਾਣ ਲੈਣ ਕਿਉਂਕਿ ਮੇਰੀ ਆਪਣੀ ਲਾਈਫ ਵੀ 54 ਸਾਲ ਹੋ ਗਈ ਹੈ ਇੱਕ ਗੱਲ ਪਕੜ ਚ ਆਈ ਹੈ ਕਿ ਜਿਹੜਾ ਆਪਣੇ ਗੁਰੂ ਨੂੰ ਗਰੀਬ ਨਵਾਜ ਗੁਰੂ ਨਾਨਕ ਮਹਾਰਾਜ ਨੂੰ ਜਿਹੜਾ ਆਪਣੇ ਗੁਰੂ ਨੂੰ ਸਾਧ ਸੰਗਤ ਪਛਾਣ ਲੈਂਦਾ ਨਾ ਉਹਦਾ ਕਦੀ ਅੰਮ੍ਰਿਤ ਵੇਲਾ ਟੁੱਟਦਾ ਹੀ ਨਹੀਂ ਨੋਟ ਜਦੋਂ ਪਛਾਣ ਹੋ ਜਾਂਦੀ ਹੈ ਨਾ ਇੱਕ ਤੇ ਉੱਠਿਆ ਨਹੀਂ ਜਾਣਾ ਇੱਕ ਹੈ ਉੱਠ ਉੱਠ ਘੜੀ ਵੇਖਦਾ ਸਮਾਂ ਲੰਘ ਨਾ ਜਾਂਦਾ ਕਿ ਪਛਾਣ ਹੋਣ ਤੋਂ ਬਾਅਦ ਇਹ ਪਿਆਰ ਵੱਧਦਾ ਹੈ ਮੁਹੱਬਤ ਪੈਂਦੀ ਹੈ ਜਦੋਂ ਬੰਦਾ ਚਾਰੇ ਪਾਸਿਆਂ ਤੋਂ ਹੱਥ ਖੜੇ ਹੋਣ ਭਾਵੇਂ ਇੱਕ ਜਪਜੀ ਸਾਹਿਬ ਪਾਠ ਕਰਕੇ ਹੀ ਗੱਲ 'ਚ ਪੱਲਾ ਪਾ ਕੇ ਦੇਗ ਲੈ ਕੇ ਸਾਰੇ ਪਾਸਿਆਂ ਤੋਂ ਨਿਆਸਰਾ ਹੋ ਕੇ ਅਰਦਾਸ ਕਰਦਾ ਮਹਾਰਾਜ ਹੁਣ ਆਹ ਕੰਮ ਹੋਏ ਬਿਨਾਂ ਸਰਨਾ ਨਹੀਂ ਬੋੜੋ ਕਿਰਪਾ ਕਰੋ ਘੰਟੇ ਦੋ ਘੰਟੇ ਬਾਅਦ ਉਸ ਕੰਮ ਦਾ ਪਾਸਾ ਹੀ ਪਲਟ ਜਾਂਦਾ ਹੈ ਉਦੋਂ ਪਛਾਣ ਹੁੰਦੀ ਹੈ ਗੁਰੂ ਨਾਨਕ ਮਹਾਰਾਜ ਹਾਜ਼ਰ ਨਾਜ਼ਰ ਨੇ ਸੁਣਦੇ ਨੇ ਬੋੜਦੇ ਨੇ ਕੰਮ ਸਹੀ ਹੋਵੇ ਨਜਾਇਜ਼ ਮੰਗ ਨਾ ਹੋਵੇ ਮਰਿਆਦਾ ਹੋਵੇ ਤੂੰ ਨਿਆਸਰਾ ਹੋਇਆ ਹੋਵੇ ਔਰ ਜਦੋਂ ਫਿਰ ਉਹ ਪਛਾਣ ਵੱਧਦੀ ਜਾਂਦੀ ਨਾ ਹੁਣ ਬਾਬਾ ਆਨੰਦ ਸਿੰਘ ਜੀ ਨੇ ਤੇ ਅਗਲੇ ਇਸ਼ਾਰੇ ਵੀ ਦਿੱਤੇ ਆ ਵੀ ਇੱਕ ਟਾਈਮ ਆ ਜਾਂਦਾ ਫੁੱਲ ਤੋੜਨ ਵਿੱਚ ਦੇਰੀ ਲੱਗਦੀ ਹੈ ਤੇਰੀ ਪੁਕਾਰ ਸੁਣਨ 'ਚ ਫਿਰ ਓਨੀ ਦੇਰੀ ਵੀ ਨਹੀਂ ਲੱਗਦੀ ਇਹ ਫਿਰ ਅਗਲੀਆਂ ਤਿਆਰੀਆਂ ਇਹ ਜਦੋਂ ਕੋਈ ਚੀਜ਼ਾਂ ਤੁਸੀਂ ਵੇਖ ਰਹੇ ਹਕੀਕਤ ਤੁਹਾਡੇ ਚੋਂ ਇੱਕ ਵੀਰ 58 ਸਾਲ ਉਮਰ ਹੋਏਗੀ ਹੋਗੀ ਉਹਨੇ ਮੈਨੂੰ ਆਪਣੇ ਦਿਲ ਦੀ ਗੱਲ ਦੱਸੀ ਜੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਇੱਥੇ ਪੁਜਾਰੀਆਂ ਨੇ ਬੂਹੇ ਬੰਦ ਕਰ ਲਏ ਹਰਿਮੰਦਰ ਸਾਹਿਬ ਤੁਹਾਨੂੰ ਪਤਾ ਫਿਰ ਵੱਲੇ ਮਾਤਾ ਹਰੋ ਜੀ ਉਹਨਾਂ ਦੇ ਘਰ ਮਹਾਰਾਜ 17-18-20 ਦਿਨ ਉੱਥੇ ਨਿਵਾਸ ਸਿਮਰਨ ਬੰਦਗੀ ਫਿਰ ਤੁਰ ਲੰਘਿਆ ਵਰ ਦਿੱਤਾ ਮਾਈਆਂ ਰੱਬ ਰਜਾਈਆਂ
پھر آکھیا مہاراج جی جنہاں کو بے دبی کیونکہ گرو تیغ بہادر جی کہن لگے امرتسر رہن والا اگر سال بعد اتھے ولے درشن کرن آیا کرے گا او دا کدی اندر نہیں سڑے گا نہیں تو کوئی ایسا بچن بھی ملدا ہے اندر سڑیے مہاراج جی پھر کوئی کرپا کہندے اتھے پھر درشن کرن او دے اندر او چیزاں سڑے گا اے مینوں تہاڈے جو 58 سال دے ایک شریر نے بچن سنایا تمہیں پتا سال بعد جدو جوڑ میلہ آتا ہے بلہ صاحب تھی سارے جانتے ہو چونکی صاحب ہی جانے کوئی ہفتہ بعد جانا کوئی 15 دن بعد وہ میرے کہنے لگا بھی اج کل کردیاں 2 مہینے لنگ کے میں بلہ صاحب گرو تیغ بہادر استھان تے درشن کرن گیا ہی نہیں انہیں مینوں بچن سنایا کہندا ایہو جے پرچے پی گئے کہ کھپ کھپ موئے کرانجا اے ہو گیا اندر سڑنا کھپنا ہر ویلے کوئی نہ کوئی کسے ایک چیز نو لے کے ہن اونے بچن سنایا بھی ہفتے تو رات نیند نہ پوے کچھ ایسیاں گلاں نے کھپایا اندر سڑیا گرمو کہندا نہیں میں کمزوری لبن لگا کتھے کمزوری تیرا اندر سڑدا پیا کتھے کمزوری تو ایدا کھپدا پیا تے کہندے ایک دم کمزوری آئی کہ جڑا سال بعد جوڑ میلا ہوندا مہاراج نے کہا سال چ ایک واری درشن کرنا وے او کھپے گا نہیں اندر نہیں سڑے گا تے اونوں اے کمزوری آئی نظر اج 2 مہینے ہو گئے تو گیا ہی نہیں او اندر سڑنا شروع ہو گیا اونے مینوں بچن سنایا کچھ شریراں نوں نال لے کے ہاتھ وچ جو گرو لئی پیار ہے کوئی آٹا کوئی دال کوئی رسد لے کے لنگر لئی اس استھان دے مستھان لے کے دیگ لے کے پوری شردا نال جدوں پھر وہ جا کے حاضری لائی دیکھ رہی یہ نہیں کہ ہاتھ لا کے آ گیا باقاعدہ اتنے پنج پڑ جی صاحب آج رہی گرو بہادر جی تو بول بابا جی سال بعد آئی تھے آج 2 مہینے سوا 2 مہینے ہو گئے مینوں آ کمزوری نظر آئی ہے تو ہوں میرے گناہ بخشو اندر سڑنا بند ہوئے انہیں مینوں بچن سنایا کہ وڈی ارداس بھج کے کیتی اتوں جدوں نکلیاں انہیں بچن سنایا اجے گھر نہیں پہنچیا اجے گھر نہیں پہنچیا تے 10 دن تو جس گھر کر کے اندر سڑدا پیا سی فون آ گئے جی وہ سارے کارج راس ہو گئے میں نے پنگتی سنائی کہن لگا رستے چ ایہو جا فون آیا ਜਿਨ੍ਹਾਂ ਕੋਲੋਂ ਈਰਖਾ ਵਸ ਵੈਰ ਵਸ ਸੜਦਾ ਪਿਆ ਸਾਂ ਇਹੋ ਜਿਹਾ ਰਸਤੇ 'ਚ ਫੋਨ ਆਇਆ ਜਿਹੜੀ ਬਾਣੀ 'ਚ ਲਿਖੀ ਹੈ ਮਿਟ ਗਏ ਵੈਰ ਭਏ ਸਭ ਰੇਣ ਬੜੀ ਵੱਡੀ ਬਾਤ ਜੇ ਇਹਨੂੰ ਮੈਂ ਅਰਥ ਨਹੀਂ ਕਰ ਸਕਦਾ ਵੀ ਜਿਹੜੇ ਮੈਨੂੰ ਖਪਾਉਂਦੇ ਸੀ ਉਹ ਰੇਣ ਬਣ ਗਏ ਮਿਟ ਗਏ ਵੈਰ ਭਏ ਸਭ ਰੇਣ ਗੁਰੂ ਵੱਲ ਹੋਵੇ ਕੋਈ ਰੇਣ ਬਣ ਜਾਂਦਾ ਹੁਣ ਧਿਆਨ ਦੇਣਾ ਉਹ ਕਹਿਣ ਲੱਗਾ ਵੀ ਮੇਰੇ ਅੰਦਰਲਾ ਵਿਸ਼ਵਾਸ ਕਿ 15 ਦਿਨ ਤੋਂ ਅੰਦਰ ਸੜ ਰਿਹਾ ਸੀ ਰਾਤਾਂ ਨੂੰ ਨੀਂਦ ਨਹੀਂ ਸੀ ਪੈ ਰਹੀ ਖਪਦਾ ਪਿਆ ਸਾਂ ਇੱਕ ਗੁਰੂ ਤੇਗ ਬਹਾਦਰ ਜੀ ਦਾ ਬੱਚਨ ਇਸ ਸਾਲ ਬਾਅਦ ਆਵੇ ਅੰਦਰ ਨਹੀਂ ਸੜੇਗਾ ਖਪੇਗਾ ਨਹੀਂ ਦਰਸ਼ਨ ਕਰਨ ਕਹਿੰਦੇ ਮੈਨੂੰ ਇੰਜ ਲੱਗਦਾ ਵੀ ਇੱਧਰ ਗਿਆ
ਉਧਰ ਗੁਰੂ ਤੇਗ ਬਹਾਦਰ ਵਰਤ ਗਏ ਕਹਿੰਦੇ ਮੈਂ ਕਿਵੇਂ ਨਾ ਕਵਾਂ ਕਿ ਗੁਰੂ ਨਾਨਕ ਆਪ ਹਰ ਵੇਲੇ ਅੰਗ ਸੰਗੀ ਏ ਕੋਰੀ ਏ ਇਹ ਚੀਜ਼ਾਂ ਕਈ ਵਾਰੀ ਪਛਾਣ ਕਰਾਉਂਦੀ ਇਹਨਾਂ ਚੀਜ਼ਾਂ ਨਾਲ ਆਪਣੇ ਗੁਰੂ ਦੀ ਪਛਾਣ ਹੁੰਦੀ ਕਈ ਵਾਰੀ ਕਿ ਉਹ ਕੋਲੀ ਏ ਵਾਸੀ ਜਿਤਨੀਆਂ ਸੰਗਤਾਂ ਕਦੀ ਸਹਿਜ ਪਾਠ ਕਰੋਗੇ ਇਹ ਜਦੋਂ ਪੰਕਤੀਆਂ ਆਉਂਦੀਆਂ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੇ ਜਦੋਂ ਇਹ ਪੰਕਤੀਆਂ ਆਉਂਦੀਆਂ ਸਹਿਜ ਪਾਠ ਕਰਦੇ ਹਾਂ ਤੂੰ ਬੇਅੰਤ ਕੋ ਵਿਰਲਾ ਜਾਣੇ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਤੇ ਦਾਸ ਦਾ ਅਨੁਭਵ ਹੈ ਜਦੋਂ ਇਸ ਤਰ੍ਹਾਂ ਗੁਰੂ ਦੀ ਪਛਾਣ ਹੋ ਜਾਂਦੀ ਹੈ ਜਿਹਨੂੰ ਪਛਾਣ ਹੋ ਜਾਏ ਉਹਦਾ ਸਾਧ ਸੰਗਤ ਕਦੀ ਅੰਮ੍ਰਿਤ ਵੇਲਾ ਟੁੱਟਦਾ ਹੀ ਨਹੀਂ ਉਹਨੂੰ ਪਛਾਣ ਹੋ ਜਾਂਦੀ ਸਾਈ ਇੰਨੀ ਕੋਲ ਹੈ ਕਹਿ ਰਵਿਦਾਸ ਹੱਥ ਪੇ ਨੇੜੇ ਹੁਣ ਇਹਦੇ ਨਾਲ ਯਾਰੀ ਕਿਵੇਂ ਛੱਡਾਂ ਇਹਦੇ ਨਾਲ ਪ੍ਰੀਤ ਕਿਵੇਂ ਛੱਡਾਂ ਇਹਦੇ ਨਾਲ ਮੁਹੱਬਤ ਕਿਵੇਂ ਛੱਡਾਂ ਕਿਵੇਂ ਉਹਨੂੰ ਧਿਆਨ ਦੇ ਵੇਲੇ ਮੈਂ ਸੁੱਤਾ ਰਹਾਂ ਕਿਵੇਂ ਉਹਨੂੰ ਧਿਆਨ ਦੇ ਵੇਲੇ ਮੈਂ ਆਲਸ ਕਰਾਂ ਪਛਾਣ ਤੋਂ ਬਾਅਦ ਪਿਆਰ ਵਧਦਾ ਪਛਾਣ ਤੋਂ ਬਾਅਦ ਅੰਮ੍ਰਿਤ ਵੇਲੇ ਜਾਗਣ ਦੀ ਹਿੰਮਤ ਵਧਦੀ ਹੈ ਪਛਾਣ ਤੋਂ ਬਾਅਦ ਅੰਮ੍ਰਿਤ ਵੇਲਾ ਮਿਸ ਕਰਨ ਤੇ ਦਿਲ ਨਹੀਂ ਕਰਦਾ ਔਰ ਅਗਲੀ ਬਾਤ ਸੁਣਿਓ ਜਿਸ ਦਿਨ ਗੁਰੂ ਨਾਨਕ ਨੂੰ ਗੁਰੂ ਨੂੰ ਪਛਾਣ ਲਈਏ ਜਿਹੜਾ ਤੁਹਾਡੇ ਚੋਂ ਪਛਾਣ ਲਵੇ ਮੈਂ ਮਹਾਰਾਜ ਦੀ ਹਜ਼ੂਰੀ ਚ ਕਹਿੰਦਾ ਉਹ ਆਪਣੀ ਕਦੀ ਲਿਵ ਦੀ ਤਾਰ ਢਿੱਲੀ ਪੈਣ ਹੀ ਨਹੀਂ ਦਿੰਦੀ ਆਖੋ ਜਦੋਂ ਪਛਾਣ ਲੋਗੇ ਨਾ ਕਦੀ ਲਿਵ ਦੀ ਤਾਰ ਢਿੱਲੀ ਨਹੀਂ ਪੈਣ ਦਿੰਦੀ ਪਛਾਣਨ ਤੋਂ ਬਾਅਦ ਇਹ ਗੁਰੂ ਨੂੰ ਪਛਾਣਨਾ ਇੰਨੀ ਵੱਡੀ ਦਾਤ ਇੰਨੀ ਵੱਡੀ ਪ੍ਰਾਪਤੀ ਹੈ ਹਰ ਵੀਰਵਾਰ ਤੁਸੀਂ ਆਉਂਦੇ ਹੋ ਇਹ ਯਤਨ ਜਾਰੀ ਰੱਖੋ ਮੈਂ ਮਹਾਰਾਜ ਦੀ ਹਜ਼ੂਰੀ ਚ ਕਹਿ ਰਿਹਾ ਵਾਂ ਕਿ ਇੱਕ ਕੌਂਸਲਰ ਯਾਰ ਬਣ ਜੇ ਮਾਣ ਨਹੀਂ ਮੰਤਰੀ ਯਾਰ ਬਣ ਜੇ ਮਾਣ ਨਹੀਂ ਲੇਕਿਨ ਜੇ ਲਿਵ ਦੀ ਤਾਰ ਢਿੱਲੀ ਨਹੀਂ ਪੈਣ ਦਿਓਗੇ ਸਾਧ ਸੰਗਤ ਜੀ ਉਹ ਗੁਰੂ ਨਾਨਕ ਤੁਹਾਡਾ ਮਿੱਤਰ ਬਣਦਾ ਜਿਹੜਾ ਆਪਣੇ ਗੁਰੂ ਨੂੰ ਪਛਾਣ ਲਵੇ ਉਹ ਕਦੀ ਲਿਵ ਦੀ ਤਾਰ ਢਿੱਲੀ ਨਹੀਂ ਪੈਂਦੀ ਇਹ ਥੋੜਾ ਥੋੜਾ ਚੈੱਕ ਕਰਦੇ ਰਹਿ ਤੁਸੀਂ ਫੋਨ ਕਰ ਰਹੇ ਹੋ ਕਿਸੇ ਨੂੰ ਹੁਣ ਫੋਨ ਤੇ ਤੁਹਾਨੂੰ ਆਪਣੀ ਸਹੇਲੀ ਜਾਂ ਕਿਸੇ ਨਾਲ ਕਿਸੇ ਭੈਣ ਨੂੰ ਆਪਣੀ ਸਹੇਲੀ ਕਿਸੇ ਵੀਰ ਨੂੰ ਆਪਣੇ ਮਿੱਤਰ ਨਾਲ ਗੱਲ ਕਰਦੇ ਹਾਂ 25 ਮਿੰਟ ਹੋ ਗਏ 25 ਮਿੰਟ ਤੁਹਾਡੇ ਗੱਲ ਕਰਦਿਆਂ ਹੋ ਗਏ ਹੁਣ 25 ਮਿੰਟ ਬਾਅਦ ਅੱਧਾ ਮਿੰਟ ਜ਼ਰੂਰ ਸੋਚਿਆ ਕਰੋ ਕਿਉਂਕਿ ਮੋਬਾਈਲ 'ਤੇ ਟਾਈਮ ਆ ਜਾਂਦਾ ਤੁਸੀਂ ਕਿੰਨੇ ਮਿੰਟ ਗੱਲ ਕੀਤੀ 18 ਮਿੰਟ ਕੀਤੀ 25 ਮਿੰਟ ਕੀਤੀ 23 ਮਿੰਟ ਕੀਤੀ ਹੁਣ 25 ਮਿੰਟ ਜਦੋਂ ਆ ਜਾਣ 30 ਮਿੰਟ ਆ ਜਾਣ 23 ਮਿੰਟ ਆ ਜਾਣ ਤਾਂ ਅੱਧਾ ਮਿੰਟ ਸੋਚਿਆ ਕਰੋ ਇਹ 25 ਮਿੰਟਾਂ ਵਿੱਚ ਇੱਕ ਵਾਰੀ ਵੀ ਵਾਹਿਗੁਰੂ ਯਾਦ ਨਹੀਂ ਆਉਂਦਾ 25 ਮਿੰਟਾਂ ਵਿੱਚ ਇੱਕ ਗੱਲ ਵੀ ਮੇਰੀ ਉਹਦੇ ਨਾਲ ਆਪਣੀ ਕਿਸੇ ਭੈਣ ਨਾਲ ਰੱਬ ਦੀ ਨਹੀਂ ਹੋਈ ਫਿਰ ਮਨ ਨੂੰ ਮਿਹਣਾ ਤਾਨਾ ਮਾਰਿਆ ਕਰੋ ਮਨਾ ਇਹ 25 ਮਿੰਟ ਤੇਰੀ ਲਿਵ ਦੀ ਤਾਰ ਢਿੱਲੀ ਪੈ ਗਈ ਆਖੋ ਸਤਿਨਾਮ ਮੈਂ ਇਹੋ ਜਿਹੀਆਂ ਵੀ ਭੈਣਾਂ ਵੇਖੀਆਂ ਜਿਹੜੀ ਗੱਲ 25 ਮਿੰਟ ਚ ਕਰਨੀ ਹੋਵੇ ਉਹਨੂੰ 3-4 ਮਿੰਟ ਵਿੱਚ ਕਰਨ ਦਾ ਯਤਨ ਕਰਦੀਆਂ ਜਿਹੜੇ 3-4 ਮਿੰਟ ਵੀ ਕਰਦੀਆਂ ਤੇ ਥੱਲੇ ਕਾਊਂਟਰ ਤੇ ਵਾਹਿਗੁਰੂ ਵਾਹਿਗੁਰੂ ਚੱਲੀ ਜਾਂਦਾ ਗੱਲ ਵੀ ਹੋ ਜੇ ਲਿਵ ਦੀ ਤਾਰ ਵੀ ਢਿੱਲੀ ਨਾ ਪੈ ਜਾਂਦੀ ਆਖੋ ਸਤਿਨਾਮ ਇਹ ਤੇ ਜ਼ਿੰਦਗੀ ਇੱਥੇ ਆ ਕੇ ਹੀ ਤੇ ਸਿੱਖਣਾ ਜਿਹਨੂੰ ਆਪਣੇ ਗੁਰੂ ਦੀ ਪਛਾਣ ਹੋ ਜੇ ਸਾਧ ਸੰਗਤ ਉਹ ਕਦੀ ਆਪਣੀ ਲਿਵ ਦੀ ਤਾਰ ਨਾ ਢਿੱਲੀ ਨਹੀਂ ਪੈਂਦੀ ਮੈਂ ਕੁਰਬਾਨ ਦਾਸ ਕੁਰਬਾਨ ਜਾਂਦਾ ਉਹਨਾਂ ਰੂਹਾਂ ਤੋਂ ਤੁਹਾਡੇ ਵਿੱਚੋਂ ਕਿ ਹੁਣ ਇੱਥੋਂ ਜਦੋਂ ਆਪਾਂ ਸਮਾਪਤੀ ਕਰਦੇ ਹਾਂ ਜਾਂ ਕਈ ਆਨੰਦ ਸਾਹਿਬ ਤੋਂ ਪਹਿਲੇ ਮਜਬੂਰੀ ਹੁੰਦੀ ਹੈ ਜਾਣ ਦੀ ਤੇ ਉਹਨਾਂ ਤੋਂ ਇੰਨਾ ਮਨ ਬਲਬਲ ਜਾਂਦਾ
ਇੱਥੋਂ ਉੱਠਣ ਤੋਂ ਬਾਅਦ ਸਤਸੰਗ ਜਦੋਂ ਆਪਣੇ ਥ੍ਰੀ ਵੀਲਰ 'ਚ ਬਹਿੰਦੇ ਹੈ, ਬੱਸ 'ਚ ਬਹਿੰਦੇ ਹੈ, ਕਾਰ 'ਚ ਬਹਿੰਦੇ ਹੈ, ਸਕੂਟਰੀ 'ਤੇ ਬਹਿੰਦੇ ਹੈ, ਉਹ ਥ੍ਰੀ ਵੀਲਰ ਜਾਂ ਕਿਸੇ ਕਨਵੈਂਸ 'ਤੇ ਬਹਿਣ ਵੇਲੇ ਵੀ ਘਰ ਪਹੁੰਚਣ ਤੱਕ ਉਹਨਾਂ ਦਾ ਯਤਨ ਹੁੰਦਾ ਚੁਪਈ ਸਾਹਿਬ ਚੱਲਦੀ ਰਹੇ, ਸਿਮਰਨ ਚੱਲਦਾ ਰਹੇ ਕਿ ਇਸ ਦੀਵਾਨ ਦਾ ਭੋਗ ਪੈ ਗਿਆ ਪਰ ਮੈਂ ਹੁਣ ਘਰ ਜਾ ਰਹੀ ਹਾਂ, ਮੇਰੇ ਅੰਦਰੋਂ ਲਿਵ ਦੀ ਤਾਰ ਦਾ ਭੋਗ ਨਾ ਪਵੇ। ਆਖੋ ਸਾਥੀ ਐਸੀ ਇਨਕਲਾਬ ਲਿਆਓ, ਦਿਲ ਉਠਾਓ। ਜਿਹਨੂੰ ਗੁਰੂ ਦੀ ਪਛਾਣ ਹੋ ਜੇ ਉਹ ਸਾਧ ਸੰਗਤ ਕਦੀ ਆਪਣੀ ਲਿਵ ਦੀ ਤਾਰ ਜਿਹੜੀ ਢਿੱਲੀ ਨਹੀਂ ਪੈਣ ਦੇਗਾ। ਪਛਾਣ ਏਡੀ ਵੱਡੀ ਦਾਤ ਹੈ, ਏਡੀ ਵੱਡੀ। ਅੱਜ ਜੋ ਕੱਲ ਦਿਹਾੜਾ ਗੁਰੂ ਨਾਨਕ ਮਹਾਰਾਜ ਜੀ ਦਾ ਆਗਮਨ ਦਿਨ ਬਤੀਤ ਹੋਇਆ, ਅੱਜ ਹੁਣ ਪੰਜ ਸੱਤ ਮਿੰਟ ਹੋਰ ਸੇਵਾ ਹੋਏਗੀ, ਦੇਖਦੇ ਹਾਂ ਅਗਲੇ ਵੀਰਵਾਰ ਇਹੀ ਪ੍ਰਕਰਨ ਜੈ ਜੈਕਾਰ ਕਰੇ ਸਭ ਕੋਈ। ਅੱਜ ਦੇ ਦੀਵਾਨ ਵਿੱਚ ਜੋ ਬਾਬਾ ਆਨੰਦ ਸਿੰਘ ਜੀ ਨੇ ਪ੍ਰੇਰਣਾ ਦਿੱਤੀ, ਗੁਰੂ ਨਾਨਕ ਇੱਕ ਹੀ ਹੈ, ਦੋ ਨਹੀਂ ਨੇ, ਗੁਰੂ ਨਾਨਕ ਇੱਕ ਹੀ ਹੈ। ਪਰ ਗੁਰੂ ਨਾਨਕ ਨੂੰ ਪਛਾਣਨ ਵਾਲੀ ਪਿਤਾ ਕਾਲੂ ਦੀ ਐਨਕ ਵੱਖਰੀ ਹੈ, ਪਛਾਣਨ ਵਾਲੀ ਮਾਤਾ ਤ੍ਰਿਪਤਾ ਦੀ ਐਨਕ ਵੱਖਰੀ ਹੈ, ਪਛਾਣਨ ਵਾਲੀ ਭੈਣ ਨਾਨਕੀ ਦੀ ਐਨਕ ਵੱਖਰੀ ਹੈ, ਪਛਾਣਨ ਵਾਲੀ ਰਾਏ ਬੁਲਾਰ ਦੀ ਐਨਕ ਵੱਖਰੀ ਹੈ, ਪਛਾਣਨ ਵਾਲੀ ਮਰਦਾਨਾ ਜੀ ਦੀ ਐਨਕ ਵੱਖਰੀ ਹੈ, ਪਛਾਣਨ ਵਾਲੀ ਭਾਈ ਬਾਲਾ ਜੀ ਦੀ ਐਨਕ ਵੱਖਰੀ ਹੈ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਸਭ ਤੋਂ ਵੱਡੀ ਐਨਕ ਭਾਵਨਾ ਦੀ ਕਿਹਦੀ ਸੀ? ਗੁਰੂ ਅੰਗਦ ਦੇਵ ਮਹਾਰਾਜ ਜੀ। ਭਾਈ ਲੈਣਾ ਜੀ ਮਹਾਂਪੁਰਸ਼ ਕਹਿੰਦੇ ਸੀ ਅਸੀਂ ਅਰਦਾਸ ਕਰਨੀ ਹੈ ਸਾਰਿਆਂ ਦੀ ਐਨਕਾਂ ਧੰਨ ਨੇ, ਪਰ ਇਹ ਨਿਰੰਕਾਰ ਗੁਰੂ ਨਾਨਕ ਨੂੰ ਪਛਾਣਨ ਦੇ ਸੰਬੰਧ ਵਿੱਚ ਮੈਨੂੰ ਗੁਰੂ ਅੰਗਦ ਦੇਵ ਜੀ ਵਾਲੀ ਐਨਕ ਦੇ ਦੇ। ਕਿਸੇ ਕੋਈ ਕੋਈ ਮੰਜ ਨਹੀਂ ਮਾਣੀ। ਗੁਰੂ ਨਾਨਕ ਨੂੰ ਪਛਾਣਨ ਵਿੱਚ ਮੈਨੂੰ ਭਾਈ ਲਹਿਣਾ ਜੀ ਵਾਲੀ ਐਨਕ ਦੇ ਦਿਓ, ਗਰੀਬ ਨਿਵਾਜ ਜਿਹੜੀ ਉਹਨਾਂ ਨੂੰ ਮਿਲੀ। ਕਿਸੇ ਕੋਈ ਕੋਏ ਮੰਜ ਨਿਵਾਣੀ। ਇੱਕ ਤੋਂ ਪੰਜ ਸੱਤ ਮਿੰਟ ਹੋਰ ਟਿਕਾਓ ਦੇਣਾ। ਗੁਰੂ ਨਾਨਕ ਕੌਣ ਹੈ? ਇਹ ਦਾਸ ਗੁਰੂ ਦੀ ਕਿਰਪਾ ਨਾਲ ਕਹਿ ਰਿਹਾ ਜੇ ਮੈਂ ਬਹੁਤ ਬਹਿ ਕੇ ਸੋਚਿਆ, ਮੇਰਾ ਆਪਣਾ ਹੌਸਲਾ ਦਾ ਖਿਆਲ ਹੋਵੇ। ਦਾਸ ਨੇ ਬਹੁਤ ਬਹਿ ਕੇ ਸੋਚਿਆ ਕਿ ਇਹ ਜਿਹੜੀ ਪੰਕਤੀ ਹੈ ਨਾ, ਜੈ ਜੈਕਾਰ ਕਰੇ ਸਭ ਕੋਈ। ਦਾਸ ਨੇ ਬਹੁਤ ਬਹਿ ਕੇ ਸੋਚਿਆ, ਮੈਂ ਕਿਹਾ ਇਹ ਪੰਕਤੀ ਕੇਵਲ ਗੁਰੂ ਨਾਨਕ ਲਈ ਗਾਈ ਜਾ ਸਕਦੀ। ਆਖੋ ਸਤਨਾਮ ਗੁਰੂ ਨਾਨਕ ਲਈ। ਗੁਰੂ ਨਾਨਕ ਤੂੰ ਇਹਨਾਂ ਸਾਰਿਆਂ ਦਾ ਸਾਂਝਾ, ਇਹਨਾਂ ਸਾਰਿਆਂ ਦਾ ਸਾਂਝਾ, ਸਾਰੀ ਤੇਰੀ ਜੈ ਜੈਕਾਰ। ਕੁਝ ਪ੍ਰਕਰਨ ਅਗਲੇ ਵੀਰਵਾਰ, ਅੱਜ ਪੰਜ ਮਿੰਟ ਛੇ ਮਿੰਟ ਹੋਰ ਸਾਥ ਦੇਣਾ, ਇਹਦੀ ਸ਼ੁਰੂਆਤ ਹੋ ਜਾਵੇ। ਕਰਿਓ ਕਿਰਪਾ ਜੀ ਬੜੇ ਪਿਆਰ ਦੇ ਨਾਲ ਜੀ। ਜੈ ਜੈਕਾਰ ਕਰੇ ਸੰਤੋਈ, ਬੋਲੋ ਜੀ ਜੈ ਜੈਕਾਰ ਕਰੇ ਸੰਤੋਈ। ਸਾਰੇ ਗੁਰਮੁਖ ਹਨ ਗੁਰੂ ਨਾਨਕ ਦੇਵ ਜੀ, ਹਨ ਗੁਰੂ ਨਾਨਕ ਦੇਵ ਜੀ, ਹਨ ਗੁਰੂ ਨਾਨਕ ਦੇਵ ਜੀ। ਅੱਗੇ Thank you.
ਛੱਡ ਕੇ ਆਖੋ ਸਤਿ ਗੁਰੂ ਨਾਨਕ ਤੂੰ ਕੌਣ ਹੈ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਵੀ ਤੈਨੂੰ ਗਾ ਰਹੇ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਵੀਰ ਵੀ ਗੁਰੂ ਨਾਨਕ ਨੂੰ ਗਾ ਰਹੇ ਆਖੋ ਸਤਨਾਮ ਲੱਖਾਂ ਦੀ ਗਿਣਤੀ ਵਿੱਚ ਮੁਸਲਮਾਨ ਵੀਰ ਵੀ ਗੁਰੂ ਨਾਨਕ ਤੈਨੂੰ ਗਾ ਰਹੇ ਅੱਜ ਸੰਗਤ ਜੀ ਪਛਾਣਿਓ ਅੱਜ ਪਛਾਣਿਓ ਸਮਾਗਮ ਕਰਾਏ ਸਫਲੇ ਹੋ ਜਾਣ ਸੱਚਾਈ ਹੈ ਮੁਸਲਿਮ ਧਰਮ ਕਿੰਨਾ ਵੱਡਾ ਪਤਾ ਤੁਹਾਨੂੰ ਸਭ ਜਿਵੇਂ ਸਾਡਾ ਕੇਂਦਰੀ ਅਸਥਾਨ ਹੈ ਅਕਾਲ ਤਖ਼ਤ ਸਾਹਿਬ ਕੇਂਦਰੀ ਅਸਥਾਨ ਹੈ ਹਰਿਮੰਦਰ ਸਾਹਿਬ ਤੁਹਾਨੂੰ ਇਹਨਾਂ ਦਾ ਸਭ ਨੂੰ ਪਤਾ ਕਿ ਮੁਸਲਮਾਨ ਵੀਰਾਂ ਵਿੱਚ ਕੇਂਦਰੀ ਅਸਥਾਨ ਹੈ ਮੱਕਾ ਪੱਕਾ ਹਕੀਕਤ ਹੈ ਉਹਨਾਂ ਦਾ ਕੇਂਦਰੀ ਅਸਥਾਨ ਹੈ ਮੱਕਾ ਤੁਹਾਨੂੰ ਕਦੀ ਮਾਣ ਨਹੀਂ ਹੈ ਗੁਰੂ ਨਾਨਕ ਤੂੰ ਕੌਣ ਹੈ ਮੁਸਲਮਾਨ ਵੀਰ ਜਿਨ੍ਹਾਂ ਦਾ ਕੇਂਦਰੀ ਅਸਥਾਨ ਮੱਕਾ ਹੈ ਤੇ ਇੱਕ ਅੰਦਰ ਪਛਾਣਨ ਦੀ ਵਿਲ ਪਾਵਰ ਲਿਆਇਓ ਮੱਕੇ ਦੇ ਵਿੱਚ ਵੀ ਗੁਰੂ ਨਾਨਕ ਦੀਆਂ ਖੜਾਵਾਂ ਦੀ ਪੂਜਾ ਹੋ ਰਹੀ ਹੈ ਐਸਾ ਗੁਰੂ ਨਾਨਕ ਧਰੀ ਨਿਸ਼ਾਨੀ ਕੌਂਸ ਧਰੀ ਨਿਸ਼ਾਨੀ ਕੌਂਸ ਦੀ ਕੌਂਸ ਕਹਿੰਦੇ ਖੜਾਵਾਂ ਨੂੰ ਧਰੀ ਨਿਸ਼ਾਨੀ ਕੌਂਸ ਦੀ ਧਰੀ ਨਿਸ਼ਾਨੀ ਮੱਕੇ ਅੰਦਰ ਪੂਜ ਕਰਾਈ ਮੱਕੇ ਅੰਦਰ ਪੂਜ ਕਰਾਈ ਮੱਕੇ ਅੰਦਰ ਪੂਜ ਕਰਾਈ ਮੱਕੇ ਅੰਦਰ ਪੂਜ ਕਰਾਈ ਮਾਂਡੀ ਕੌਣ ਗੁਰਮਾਨ ਦੱਸੋ ਤੁਹਾਡੇ ਤੇ ਕਿਰਪਾ ਪਰ ਕਈ ਇਹੋ ਜਿਹੇ ਵੀ ਗੁਰੂ ਕੇ ਸਿੱਖ ਭੁੱਲੇ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਬਰਾਂ ਕੋਲ ਜਾਂਦੇ ਉਹਨਾਂ ਦੇ ਕੇਂਦਰੀ ਅਸਥਾਨ ਤੇ ਗੁਰੂ ਨਾਨਕ ਦੀਆਂ ਖੜਾਵਾਂ ਦੀ ਪੂਜਾ ਹੋ ਰਹੀ ਐਵੇਂ ਤੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਜਾਵੇਂ ਪਛਾਣਨ ਤੋਂ ਬਾਅਦ ਇੱਕ ਬੇੜੀ ਨਾਲ ਬੰਦਾ ਜੁੜ ਜਾਂਦਾ ਕਿਸੇ ਬੇੜੀ ਦੀ ਨਿੰਦਿਆ ਵੀ ਨਹੀਂ ਕਰਦਾ ਇੱਕ ਬੇੜੀ ਨਾਲ ਜੁੜ ਜਾਂਦਾ ਇਹ ਤੁਹਾਨੂੰ ਇਹ ਕਾਫੀਆਂ ਨੂੰ ਪਤਾ ਹੋਏਗਾ ਜਦੋਂ ਮੱਕੇ ਜਾਂਦੇ ਨਾ ਹੱਜ ਕਰ ਦਿੱਲੀ ਵਿੱਚ ਗੌਰਮੈਂਟ ਨੂੰ ਹੱਜ ਟਰਮੀਨਲ ਵੱਖਰਾ ਬਣਾਉਣਾ ਪਿਆ ਆਖੋ ਸਤਨਾਮ ਜਿੱਥੋਂ ਹਵਾਈ ਜਹਾਜ਼ ਚੱਲਦੇ ਆ ਕੇਵਲ ਹੱਜ ਜਾਣ ਵਾਲਿਆਂ ਸੇ ਵੀ ਇੰਨਾ ਰਸ਼ ਹੁੰਦਾ ਕਿ ਬਾਕੀ ਹਵਾਈ ਅੱਡੇ ਤੇ ਦੂਸਰੇ ਯਾਤਰੂ ਵੀ ਸਫ਼ਰ ਇਹ ਹੱਜ ਟਰਮੀਨਲ ਵੱਖਰਾ ਬਣਿਆ ਦਿੱਲੀ ਆ ਭਾਈ ਜਸਵਿੰਦਰ ਸਿੰਘ ਜਾਣਦੇ ਉਹਨੂੰ ਹੱਜ ਟਰਮੀਨਲ ਕਹਿੰਦੇ ਜਿੱਥੋਂ ਵੱਖਰੇ ਜਹਾਜ਼ ਉੱਧਰ ਸਾਰੇ ਏਅਰਪੋਰਟ ਹੱਜ ਟਰਮੀਨਲ ਇੱਥੋਂ ਅੰਦਾਜ਼ਾ ਲਾਓ ਔਰ ਮੈਂ ਬਾਬਾ ਜੀ ਹੋਰੀ ਕਹਿ ਰਿਹਾ ਚਾਰ ਪੰਜ ਇਹੋ ਜਿਹੇ ਸਰੀਰ ਜਿਹੜੇ ਮੱਕੇ ਹੱਜ ਕਰਕੇ ਆਏ ਨੇ ਉਹਨਾਂ ਮੈਨੂੰ ਦੱਸਿਆ ਕਹਿੰਦੇ ਜਿੰਨੇ ਵੀ ਮੁਸਲਮਾਨ ਵੀਰ ਮੱਕੇ ਹੱਜ ਕਰਨ ਜਾਂਦੇ ਨੇ ਆਪਣੀ ਮੱਕੇ ਦੀ ਹੱਜ ਦੀ ਯਾਤਰਾ ਓਨੇ ਚਿਰ ਤੱਕ ਸਫਲ ਨਹੀਂ ਸਮਝਦੇ ਜਦ ਤੱਕ ਉਹਨਾਂ ਨੂੰ ਗੁਰੂ ਨਾਨਕ ਦੀਆਂ ਖੜਾਵਾਂ ਦੇ ਦਰਸ਼ਨ ਨਾ ਹੋ ਜਾਣ ਅਸੀਂ ਭਟਕੀ ਹੈ ਮੱਕੇ ਅੰਦਰ ਪੂਜ ਕਰਾਈ ਮੱਕੇ ਅੰਦਰ ਪੂਜ ਬੋਲੋ ਭੈਣੋ ਮੱਕੇ ਅੰਦਰ
مقصد ہے بس اینو پہچان ہو جائے جب پہچان ہو جائے گی نا پھر گرو گرنتھ صاحب مہاراج دا لڑ چھٹے گا پھر آنڈ جوں گوانڈ جوں رشتہ داری جوں جڑا مرضی مل جاوے تیری فلانی اوکڑ پائیں دن نہیں گئی فلانے سیانے کو فلانے جوچی کو فلانے کول ایک اندر جنہیں پشان لوے او دے اندر ویل پاور آجن دی ہے او تھے تیری پوجا تے میں تینو چھڑ کے جان آنکھو ساتھ میں پاڑے جو کوئی سنگاپور گیا ہو انہوں اے پتا ہوئے گا سنگاپور چے ایک گردوارہ ہے بابا مہاراج سنگھ ایک قومی شہید ہوئے قومی شہید ہوندے نے جنہ دے دیاڑے سرکاراں بھی منا دی اخبار پڑھ دے ہوگے جو تو بابا مہاراج سنگھ دا شہیدی دا دن آن دا اپنی پنجاب سرکار بھی منا دی ایک قومی شہید ہوئے نے سنگاپور دے کالے پانی بھی سجا ہوئے اور انہاں دی یاد وچ گردوارا ہے مینوں اوتھے پریمی سنگاپور دے لے گئے کہندے بابا مہاراج سنگھ جی قومی شہید ہوئے انہاں دا گردوارا ہے درشن گول گردوارا ہے گول ہے اس گول گردوارا ہے کافی بڑا ہے سینٹر چ پرکاش ہے مہاراج جی گرو گرنتھ صاحب جی تو بہت سندر ڈھنگ نال ایک نال ہور بلڈنگ ہے وہ بھی گول ہے اودیاں چھ سات منزلاں نے مینوں اتنا مطلب چنگا لگا آؤں پہلی منزل تے جانے ہاں تے تواڈے ورگیاں کنیاں پہناں اتوار سی میں جدوں گیا تواڈے ورگیاں کنیاں بھیناں نا اپنے بچیاں نوں پنجابی پڑھاندیاں وی تے ساڈے اوتھے سکول ایہو جے نے جتھے کیول انگلش پڑھائی جاندی تے انہاں نے سارا مٹیریل رکھیا ہے فری پرووائڈ کیتا ہے بھئی گرو کے سکھ اپنے بچیاں نوں لیاں اتوار لیاں جدوں مرضی لیاں اتنا سات منزلاں نے سورج پرکاش یعنی گیان سنگھ جی دے جڑے سات سنگت جو لکھتا دسوں گرنتھ گرو گرنتھ صاحب دیاں سینچیاں بھی ہر اس طرح دا سسٹم بنایا ہے کہ نال نال بچے بھی گربانی نال پنجابی نال ہور جڑن کرپا ہوئے میرے بڑا اچھا لگا جیڑا گردوارا جتھے پرکاش ہے مینوں کہن لگے آپ جی نو درشن کرانے میں صرف ہوں یہ پرکرن اگلے ویروار بھی جے جےکار کرے ان کون کون گا رہا ہے اج اتھوں تک اے تسی کئی امرتسر یا ہور شہراں گردوارے صاحب ویکھدے ہو گے جتھے سویرے شام سنگت ہوندی تے دنے نہیں ہوندی کئی گردوارا صاحب جڑے
اس گردوارے تے اس طرح دی مطلب ہور وڈی بخشش ہے کہ سارا دن آئی چلائی چلی رہی ہے سارا دن آوا جائی ہے کوئی آ رہا ہے سنگت جا رہی ہے جب انہاں مینوں کہن لگے بھی درشن کرا کے سنگت جی جدوں اس گردوارا بابا مہاراج سنگھ جی قومی شہید میں اندر وڑیا درشن کیتے تے میرے واسطے ایک وڈی رانگی دی گل چولی چ کی پئی پچی تی دے قریب چینی نکے نکے کد والے چینی گردوارے دی گول کندھ نال پٹھ لا کے تے مول منتر جپ دے پئے مول منتر دے جاپ میں پڑھا رہا ہوں یار تھوڑا تھوڑا مینوں پتا لگی جاوے وچ کوئی اچا بول رہا ہے وہ کہتے اکھا مٹی گیا پورے مست ہو کے اپنے وانگ پورے کاگر ہو کے ہوں مینوں انہوں کی بولی نہیں سی آتی داس دے نال سی ملیشیا تو انل سنگھ دا نام ہے گرمکھ پیارے اور اس گرمکھ پیارے تے اتنی کرپا ہوئی ہے سہجتاری سی سہجتاری پر آ سنگت دی گرو دی اتنی کرپا ہوئی ہے کہ سنگھ بھی سجا داڑے دے بھی کیس رکھے سر دے بھی رکھے ہے اور وڈی بخشش وہ انل سنگھ ادھیاتمک طور تے اینی ترقی ہو گئی کہ 24 گھنٹے چوں ادھا گھنٹہ بول گئے ایک اور ادھا گھنٹہ نہیں مگر سارا مکس کر کے اینی گل تھوڑی کرنی ہے کہ میرے سواس لب دی تار ڈلی نہ گئے کیا بات ہے آپ کو ساتھ نام کئی کام اشارے جی کہ اندر لب دی تار نہ ڈلی جائے ایڈی بخشش ہو گئی کرپا ہو وہ داس دے نال سی وہ کچھ ہور پریمی بھی سی جڑے یوگی جی نا بجن سے انہوں نے بھی وہ اپنا نال رہن والے وہ بچوں انہوں نے چینی بھاشا بھی آتی سی ساڈے والے بھی میرا دل کیتا میں کیا انہوں نے میں کہا جرا میں تو انہوں نے پوچھ نہیں سکتا تم پوچھ انہوں کی چینی بھاشا بچ کی پڑھتے پے انہیں جدو پوچھا تو انہوں نے دسیا بھی اسی مول منتر کا جاپ کر رہے مینو انہیں دسیا کہ مول منتر کا جاپ کر رہے تھے میں کہا چلو تھوڑا اور اگے ودیے میں کہ پوچھو کیوں کر رہے ہو آپ ساتھ میں کہا چینیا پوچھو کیوں کر رہے ہو انہیں انہوں نے بولی چ پوچھا کہ مول منتر جاپ کیوں کر رہے ہو وہ چینی بولے اگو چینی دیکھو کون ہے گرو نانک اسی نہ بھی اسی پچھانی ہے میں کہنا پوچھ کیوں کر رہے ہو تے انہیں جدو اپنی انہوں کی بولی پوچھے بھی کیوں جواب کر رہے ہو تو اگوں انہوں چینیاں نے کی جواب دیتا کہنے لگے سردار جی سنگاپور وچ ساڈا کوئی کام رک جاوے اس گردوارے آ کے جدو اسی مول منتر دا جواب کرتے ہیں ساڈے سارے کام سدھے ہو جاوے ایسا گرو نانک بولو ہوں اندازہ لاؤ یہ کندھا ساڈی ہیں اتے کوئی کندھ نہیں ہے اتے کوئی کندھ نہیں اتے مول منتر چینی پڑھ لے تھی جھولی بھر جاتی ہندو ویر پڑھ لے تھی بودھی پڑھ لے تھی سکھ پڑھ لے تھی کیسا ساڈا گرو نانک جے جے کار کرے سب کچھ